ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਫਤਿਹ ਦਾ ਜਵਾਬ ਪ੍ਰੋਪਰ ਨਹੀਂ ਮਿਲਿਆ। ਵਾਹਿਗੁਰੂ ਜੀ ਕਾ ਖਾਲਸਾ, ਗੁਰਬਾਣੀ ਦਾ ਪ੍ਰਮਾਣ ਹੈ। ਬਵਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ, ਬਵਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ। ਇਸ ਤੋਂ ਭਾਵ ਹੈ ਕਿ ਜਦੋਂ ਅਸੀਂ ਆਪਣੇ ਬਾਬਿਆਂ ਬਜ਼ੁਰਗਾਂ ਮਹਾਂਪੁਰਸ਼ਾਂ ਦੀਆਂ ਸਾਖੀਆਂ ਜੀਵਨ ਕਥਾਵਾਂ ਸੁਣਦੇ ਹਾਂ ਤਾਂ ਪੁੱਤਰ ਪੁੱਤਰ ਬਣ ਜਾਂਦੇ ਹਨ। ਪੁੱਤਰ ਤੇ ਸਪੁੱਤਰ ਵਿੱਚ ਅੰਤਰ, ਪੁੱਤਰ ਉਹ ਹੈ ਜੋ ਆਪਣੇ ਕੁਲ ਦੀ ਇੱਜ਼ਤ ਆਬਰੂ ਸਨਮਾਨ ਨੂੰ ਮੇਨਟੇਨ ਕਰਦਾ ਹੈ। ਸਪੁੱਤਰ ਉਹ ਹੈ ਜੋ ਆਪਣੇ ਕੁਲ ਦੇ ਮਾਨ ਸਨਮਾਨ ਨੂੰ ਕਈ ਗੁਣਾ ਵਧਾ ਦਿੰਦਾ ਹੈ। ਜੋ ਅੱਜ ਦਾ ਪ੍ਰੋਗਰਾਮ ਖਾਲਸਾ ਸਾਜਨਾ ਦਿਵਸ ਵਿਸਾਖੀ ਅਸੀਂ ਮਨਾ ਰਹੇ ਹਾਂ, ਇਸਦਾ ਮੰਤਵ ਇਹੀ ਹੈ ਕਿ ਸਾਡੇ ਬੱਚੇ ਆਪਣੇ ਗੁਰੂਆਂ ਦੀਆਂ ਜੀਵਨ ਕਥਾਵਾਂ ਸੁਣ ਕੇ ਆਪਣੇ ਅੰਦਰ ਸੱਚਾਈ, ਦ੍ਰਿੜ ਨਿਸ਼ਚਾ, ਡਿਟਰਮੀਨੇਸ਼ਨ ਪੈਦਾ ਕਰਨ ਅਤੇ ਜੀਵਨ ਵਿੱਚ ਉੱਚੇ ਅਤੇ ਸੁੱਚੇ ਗੁਣ ਗ੍ਰਹਿਣ ਕਰਨ ਦੇ ਧਾਰਨੀ ਬਣ ਜਾਣ। ਬਾਬੇ ਕੇ ਅਤੇ ਬਾਬਰ ਕੇ, ਗੁਰੂ ਨਾਨਕ ਦੇਵ ਜੀ ਅਤੇ ਮੁਗਲ ਸਲਤਨਤ, ਇਹਨਾਂ ਦਾ ਕਦੀ ਆਪਸ ਵਿੱਚ ਮੇਲ ਨਹੀਂ ਹੋਇਆ। ਬਾਬਰ ਨੇ ਵੀ ਗੁਰੂ ਨਾਨਕ ਦੇਵ ਜੀ ਨੂੰ ਇਮਨਾਬਾਦ ਵਿੱਚ ਜੇਲ੍ਹ ਵਿੱਚ ਬੰਦ ਕਰ ਦਿੱਤਾ। ਜਦੋਂ ਬਾਬਰ ਦੀ ਮੁਲਾਕਾਤ ਗੁਰੂ ਨਾਨਕ ਦੇਵ ਜੀ ਨਾਲ ਪ੍ਰਤੱਖ ਰੂਪ ਵਿੱਚ ਹੋਈ ਤਾਂ ਬਾਬਰ ਨੂੰ ਪਤਾ ਚੱਲਾ ਕਿ ਗੁਰੂ ਨਾਨਕ ਦੇਵ ਜੀ ਪ੍ਰਭੂ ਦਾ ਰੂਪ, ਬਹੁਤ ਵੱਡੀ ਸ਼ਕਤੀ ਹਨ। ਬਾਬਰ ਗੁਰੂ ਨਾਨਕ ਦੇਵ ਜੀ ਦੇ ਅੱਗੇ ਝੁਕ ਗਿਆ। ਇਸੇ ਤਰ੍ਹਾਂ ਦੂਸਰੇ ਗੁਰੂ ਅੰਗਦ ਦੇਵ ਜੀ, ਉਹਨਾਂ ਦੀ ਮੁਲਾਕਾਤ ਜਦੋਂ ਹਮਾਜੂ ਨਾਲ ਹੋਈ, ਹਮਾਜੂ ਸਮਝਦਾ ਸੀ ਕਿ ਗੁਰੂ ਅੰਗਦ ਦੇਵ ਜੀ ਉੱਠ ਕੇ ਮੈਨੂੰ ਸਲਾਮ, ਸਿਜਦਾ, ਨਮਸਤੇ ਕਰਨਗੇ, ਲੇਕਿਨ ਜਦੋਂ ਗੁਰੂ ਅੰਗਦ ਦੇਵ ਜੀ ਨਾ ਹਿੱਲੇ ਤਾਂ ਹਮਾਜੂ ਨੇ ਆਪਣੀ ਕਿਰਪਾਨ ਕੱਢ ਲਈ ਗੁਰੂ ਜੀ ਤੇ ਹਮਲਾ ਕਰਨ ਵਾਸਤੇ। ਗੁਰੂ ਜੀ ਨੇ ਇੱਕੋ ਹੀ ਗੱਲ ਕਹੀ ਕਿ ਹਮਾਜੂ, ਜਦੋਂ ਤੂੰ ਸ਼ੇਰ ਸ਼ਾਹ ਸੂਰਤ ਤੋਂ ਹਾਰ ਖਾ ਕੇ ਭੱਜਿਆ ਸੀ ਉਦੋਂ ਤੇਰੀ ਇਹ ਕਿਰਪਾਨ ਕਿੱਥੇ ਸੀ? ਹਮਾਜੂ ਸ਼ਰਮਿੰਦਾ ਹੋ ਗਿਆ ਤੇ ਗੁਰੂ ਅੱਗੇ ਝੁਕ ਗਿਆ। ਇਸੇ ਤਰ੍ਹਾਂ ਹੀ ਜਹਾਂਗੀਰ ਨੇ
ਪੰਜਵੇਂ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਵਿੱਚ ਗ੍ਰਿਫਤਾਰ ਕਰਵਾਇਆ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਲਾਹੌਰ ਵਿੱਚ ਹੀ ਜਹਾਂਗੀਰ ਦੇ ਹੁਕਮ ਨਾਲ ਹੋਈ। ਇਸ ਤੋਂ ਬਾਅਦ ਛੇਵੇਂ ਗੁਰੂ ਹਰਗੋਬਿੰਦ ਜੀ ਨੇ ਮੀਰੀ ਪੀਰ ਦੀਆਂ ਗੋਤਰ ਵੱਲ ਕਿਰਪਾਨਾਂ ਪਹਿਨੀਆਂ ਤਾਂ ਕਿ ਉਹ ਜ਼ੁਲਮ ਦਾ ਟਾਕਰਾ ਚੰਗੇ ਤਰੀਕੇ ਨਾਲ, ਸਹੀ ਤਰੀਕੇ ਨਾਲ ਜ਼ੁਲਮ ਨੂੰ ਮਿਟਾਉਣ ਵਾਸਤੇ ਸਿੱਖਾਂ ਨੂੰ ਸ਼ਸਤਰਧਾਰੀ ਬਣਾਇਆ। ਗੁਰੂ ਹਰਕ੍ਰਿਸ਼ਨ ਜੀ ਵੀ ਔਰੰਗਜ਼ੇਬ ਦੀ ਕੋਰਟ ਵਿੱਚ ਪੇਸ਼ ਹੋਏ, ਲੇਕਿਨ ਉਹਨਾਂ ਨੇ ਗੁਰੂ ਹਰਕ੍ਰਿਸ਼ਨ ਜੀ ਨੇ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦਿੱਤੇ, ਉਹਨਾਂ ਦਾ ਮਿਲਾਪ ਨਹੀਂ ਹੋ ਸਕਿਆ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਖੁਦ ਚਾਂਦਨੀ ਚੌਕ ਦਿੱਲੀ ਵਿੱਚ ਜਾ ਕੇ ਸ਼ਹੀਦ ਹੋਏ। ਦੂਜੇ ਸ਼ਬਦਾਂ ਵਿੱਚ ਉਹਨਾਂ ਨੇ ਔਰੰਗਜ਼ੇਬ ਦੀ ਈਨ ਨਹੀਂ ਮੰਨੀ। ਇਸ ਤੋਂ ਬਾਅਦ ਜਦੋਂ ਔਰੰਗਜ਼ੇਬ ਸਾਰੇ ਹਿੰਦੁਸਤਾਨ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਸੀ, ਕਸ਼ਮੀਰੀ ਪੰਡਤਾਂ ਦੀ ਪੁਕਾਰ ਸੁਣ ਕੇ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀ ਦਿੱਤੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਬਚਪਨ ਵਿੱਚ ਹੀ ਸਾਰੀ ਸਿੱਖ ਕੌਮ ਨੂੰ ਸ਼ਸਤਰਧਾਰੀ ਬਣਾਉਣ ਦਾ ਸੰਕਲਪ ਲਿਆ। ਇੱਕ ਘਟਨਾ ਹੈ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ, ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਨੂੰ ਪੁੱਛਿਆ ਕਿ ਉੱਥੇ ਕਿੰਨੇ ਸਿੱਖ ਸੀ, ਤਾਂ ਭਾਈ ਜੈਤਾ ਨੇ ਜਵਾਬ ਦਿੱਤਾ ਕਿ ਗੁਰੂ ਜੀ ਇਹ ਤਾਂ ਮੈਨੂੰ ਪਤਾ ਨਹੀਂ ਕਿੰਨੇ ਸਿੱਖ ਸੀ, ਲੇਕਿਨ ਸਾਰੇ ਇੱਕੋ ਜਿਹੇ ਹੀ ਲੱਗਦੇ ਸੀ, ਕੇਸਾਧਾਰੀ ਸਿੱਖ ਬਹੁਤ ਘੱਟ ਸੀ, ਸਾਰੇ ਕੇਸ ਕੱਟਿਆ ਹੋਈ ਲੋਕ ਸਨ ਉੱਥੇ। ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਨਿਸ਼ਚਾ ਕੀਤਾ ਕਿ ਉਹ ਇੱਕ ਐਸੀ ਖਾਲਸਾ ਪੰਥ ਸਾਜੇਗਾ ਜਿਹੜਾ ਸਾਰੀ ਦੁਨੀਆ ਵਿੱਚ ਨਿਰਾਲਾ ਹੋਵੇਗਾ। ਅੱਜ ਖਾਲਸਾ ਪੰਥ ਦੀਆਂ ਗੂੰਜਾਂ ਕੇਵਲ ਭਾਰਤ ਅੰਦਰ ਹੀ ਨਹੀਂ, ਸਾਰੇ ਯੂਰਪ ਦੇ ਅੰਦਰ ਖਾਲਸਾ ਪੰਥ ਦਾ ਦਬਦਬਾ ਉਹਨਾਂ ਦੇ ਬੋਲਬਾਲੇ ਗੱਜ ਰਹੇ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਜੋ ਖਾਲਸਾ ਪੰਥ ਸਾਜਿਆ, ਉਸਨੇ ਹਿੰਦੁਸਤਾਨ ਦੀਆਂ ਕਈ ਸਦੀਆਂ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਥੋੜ੍ਹੇ ਹੀ ਸਾਲਾਂ ਵਿੱਚ ਕੱਟ ਦਿੱਤਾ ਅਤੇ ਮੁਗਲ ਸਲਤਨਤ ਨੂੰ ਤਹਿ ਢੇਰੀ ਕਰ ਦਿੱਤਾ। ਇਸ ਤੋਂ ਅਗਲਾ ਪ੍ਰੋਗਰਾਮ ਹੁਣ ਖੁਸ਼ਪ੍ਰੀਤ ਕੌਰ ਖਾਲਸਾ ਪੰਥ ਦੇ ਸਾਜਨਾ ਦਿਵਸ ਬਾਰੇ ਸੰਚਾਲਨ ਕਰੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਵਿਨਸਿੰਗ ਹਿਲ ਦੇ ਲੜਕੇ ਸ਼ਬਦ ਗਾਇਨ ਕਰਨਗੇ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਪਾਈ, ਜਿਸਮ ਵਿੱਚ ਸੁਖ ਪਾਈ ਹੈ ਸਭ ਤਿੱਖਾ ਬੁਝਾਈ। ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ, ਹੇ ਭਾਈ ਪਰਮਾਤਮਾ ਦਾ ਨਾਮ ਅੰਮ੍ਰਿਤ ਰੂਪੀ ਖਜ਼ਾਨਾ ਹੈ, ਗੁਰੂ ਦੀ ਸੰਗਤ ਵਿੱਚ ਮਿਲ ਕੇ ਕੀਰਤਨ ਸਿਮਰਨ ਦੁਆਰਾ ਅੰਮ੍ਰਿਤ ਨਾਮ ਦੀ ਪ੍ਰਾਪਤੀ ਹੁੰਦੀ ਹੈ। ਪ੍ਰਭੂ ਦੇ ਨਾਮ ਸਿਮਰਨ ਦੁਆਰਾ ਮਾਇਆ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ।